ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਰਫਿਊ ਲਗਾਇਆ ਗਿਆ ਹੈ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਐਮਰਜੈਂਸੀ ਮੌਕੇ ਹੀ ਪ੍ਰਸ਼ਾਸਨ ਵੱਲੋਂ ਜਾਰੀ ਨੰਬਰ ਤੇ ਕਾਲ ਕਰਕੇ ਸਹੂਲਤਾਂ ਲੈ ਸਕਦੇ ਹਨ। 1 ਵਜੇ ਤੋਂ ਜਿਹੜਾ ਕਰਫਿਊ ਉਹ ਲਗਾ ਦਿੱਤਾ ਗਿਆ ਜਿਹੜਾ ਕਿ 31 ਮਾਰਚ 2019 ਤੱਕ ਜਾਰੀ ਰਹੇਗਾ। ਇਸ ਦੇ ਵਿੱਚ ਮੈਂ ਸਮੂਹ ਤਰਨ ਤਰਨ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਘਰਾਂ ਦੇ ਵਿੱਚੋਂ ਨਾ ਨਿਕਲਣ। ਉਹਨਾਂ ਦੇ ਲਈ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਹੈ। ਰਾਊਂਡ ਦੀ ਕਲੋਕ ਡਿਸਟ੍ਰਿਕਟ ਲੈਵਲ 'ਤੇ ਵੀ ਇੱਕ ਜਿਹੜਾ ਕੰਟਰੋਲ ਰੂਮ ਹੈ ਖੋਲ੍ਹਿਆ ਗਿਆ ਹੈ ਜਿਸ ਦਾ ਨੰਬਰ 01852224115 ਹੈ। ਉਸ ਦੇ ਉੱਤੇ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਵਗੈਰਾ ਤੇ ਉਸ ਦੇ ਉੱਤੇ ਉਹ ਲਿਖਾ ਸਕਦਾ ਹੈ। ਸਾਡੇ 5 ਅਧਿਕਾਰੀ ਜਿਹੜੇ ਉਸ ਦੇ ਉੱਤੇ ਡਿਫਰੈਂਟ ਜਿਹੜੀਆਂ ਇਸੈਂਸ਼ੀਅਲ ਸਰਵਿਸਿਜ਼ ਦੇ ਹੈ ਉਹ ਉੱਥੇ ਬੈਠੇ ਨੇ। ਉਹ ਇਮੀਡੀਏਟਲੀ ਜਿਸ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਊਗੀ ਉਹਨੂੰ ਤੁਰੰਤ ਜਿਹੜਾ ਹੱਲ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਕਰੋਨਾ ਵਾਇਰਸ ਤੇ ਇੱਕ ਬੜੀ ਵੱਡੀ ਆਫਤ ਤੇ ਮਹਾਮਾਰੀ ਦਾ ਰੂਪ ਜਿਹੜਾ ਧਾਰਨ ਕਰ ਚੁੱਕਾ ਕਰੋਨਾ ਵਾਇਰਸ। ਪ੍ਰਸ਼ਾਸਨ ਦੇ ਬੇਚਾਰਾ ਆਪਾਂ ਨੂੰ ਬਹੁਤ ਹੀ ਬੇਨਤੀਆਂ ਕਰਨ ਡਿਆ, ਹੱਥ ਜੋੜ ਜੋੜ ਕੇ ਵੀ ਆਪਾਂ ਨੂੰ ਘਰਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਵਾ, ਨਾ ਕਿ ਸੜਕਾਂ 'ਤੇ ਨਾ ਕਿ ਆਵਾਜਾਈ ਦੇ ਵਿੱਚ ਆਉਣਾ ਚਾਹੀਦਾ ਵਾ। ਬਾਕੀ ਜਿਹੜਾ ਮੱਸਿਆ ਦਾ ਦਿਹਾੜਾ, ਵੇਖੋ ਮੱਸਿਆ ਦਿਹਾੜਾ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਗੁਰੂ ਅਰਜਨ ਸਾਹਿਬ ਦੇ ਵੇਲੇ ਤੋਂ ਹੀ ਇੱਥੇ ਮੱਸਿਆ ਦਾ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਔਰ ਲੱਖਾਂ ਹੀ ਲੋਕਾਂ ਜਿਹੜੇ ਆ ਨਤਮਸਤਕ ਇੱਥੇ ਹੁਣ ਆਉਂਦੇ ਆ। ਪਰ ਹੁਣ ਜਿਹੜੀ ਮਜਬੂਰੀ ਬਣ ਗਈ ਆ, ਪ੍ਰਸ਼ਾਸਨ ਦੀ ਵੀ ਮਜਬੂਰੀ ਆ ਔਰ ਆਪਣੇ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਜੀ ਨੇ ਵੀ ਸੰਗਤਾਂ ਨੂੰ ਇਹ ਬੇਨਤੀ ਕੀਤੀ ਆ ਵੀ ਘਰਾਂ ਦੇ ਵਿੱਚ ਬਹਿ ਕੇ ਹੀ ਜਾਪ ਕਰੋ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ ਕਿ ਮਹਾਰਾਜ ਇਸ ਜਿਹੜੀ ਆ ਆਫਤ ਦੇ ਉੱਤੋਂ ਸਾਡਾ ਬਚਾਅ ਕੀਤਾ ਜਾ ਸਕੇ। ਮੈਂ ਤਾਂ ਇਹੋ ਹੀ ਸੰਗਤ ਨੂੰ ਕਹੂੰਗਾ ਵੀ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਵਾਹਿਗੁਰੂ ਦਾ ਜਾਪ ਕਰਕੇ ਗੁਰੂ ਮਹਾਰਾਜ ਗਾੜੀ ਅਰਦਾਸ ਬੇਨਤੀ ਕਰੋ ਮਹਾਰਾਜ ਇਸ ਆਫਤ ਤੋਂ ਜਿਹੜਾ ਸਾਰੀ ਲਕਾਈ ਦਾ ਭਲਾ ਕੀਤਾ ਜਾ ਸਕੇ। ਉਹਨਾਂ ਦੇ ਵਾਸਤੇ ਵੇਖੋ ਜੀ, ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਆ, ਸਾਡਾ ਦਰਬਾਰ ਸਾਹਿਬ ਮੇਨ ਆ, ਉਹ ਤੇ ਸਾਡਾ ਕੀਰਤਨ ਵੀ ਚੱਲਣ ਡਿਆ ਵਾ ਤੇ ਦਰਬਾਰ ਸਾਹਿਬ ਦੇ ਵਿੱਚ ਸਾਰਾ ਉਸੇ ਤਰ੍ਹਾਂ ਹੀ ਪ੍ਰਬੰਧ ਚੱਲਣ ਡਿਆ। ਜੇ ਕੋਈ ਨਤਮਸਤਕ ਹੋਣਾ ਚਾਹੁੰਦਾ ਵਾ ਤੇ ਉਹ ਹੋ ਵੀ ਸਕਦਾ, ਐਡੀ ਕੋਈ ਗੱਲ ਨਹੀਂ, ਸਾਨੂੰ ਕੋਈ ਰੋਕ ਨਹੀਂ ਕਿ ਦਰਵਾਜ਼ੇ ਨਹੀਂ ਬੰਦ ਕੀਤੇ।